ਅੱਜ ਵੈਸੇ ਅੱਜ ਬਲੌਗਰ ਆਏ ਫਿਰਦੇ ਜਿਵੇਂ ਮੰਡੀਆਂ 'ਚ ਫਿਰਦੇ ਹੁੰਦੇ ਆ। ਸੋ ਹਾਂਜੀ ਮਿੱਤਰੋ, ਕੀ ਹਾਲ ਚਾਲ ਜੀ, ਵੈਲਕਮ ਬੈਕ ਟੂ ਰਜਨੀਸ਼ ਬਲੌਗ। ਅੱਜ ਆਪਾਂ ਜਾ ਰਹੇ ਹਾਂ, ਮੈਂ ਤੇ ਕੁਲਵਿੰਦਰ ਨਾਲ ਜਾ ਰਹੇ ਹਾਂ ਜੀ, ਤੇ ਯੋ ਤੇ ਅਸੀਂ ਜਾ ਰਹੇ ਹਾਂ ਇੱਕ ਬਾਈਕ ਦੀ ਡਿਲੀਵਰੀ ਲੈਣ। ਬਾਈਕ ਹੁਣ ਕੌਣ ਲੈ ਰਿਹਾ ਉਹ ਤੁਹਾਨੂੰ ਥੋੜ੍ਹਾ ਜਿਹਾ ਸਸਪੈਂਸ ਖੇਡ ਲੈਂਦੇ ਹਾਂ, ਤੇ ਗੱਡੀ ਚਲਾ ਰਹੇ ਹਾਂ ਅੱਗੇ। ਆਹ ਦੇਖਿਓ ਕਿੱਥੇ ਕਿੱਧਰ ਨੂੰ ਬਾਹਰ ਨਿਕਲਿਆ ਵਾ, ਦੇਖੀ ਆ ਆ ਯਾਰ, ਬਾਲਾ ਹੀ ਗਲਤ ਆ ਯਾਰ। ਗੱਡੀ ਦੇ ਵਿੱਚ ਹੀ ਵੜ ਜਾ ਭਾਵੇਂ, ਗੱਡੀ ਦੇ ਵਿੱਚ ਹਲੇ ਤੇਲ ਵੀ ਪਾਉਣਾ। ਲੇਟ ਅਸੀਂ ਆਲਰੇਡੀ 11 ਵਜੇ ਦਾ ਟਾਈਮ ਸੀਗਾ, 11:10 ਹੋਰੀ ਹੋ ਚੁੱਕੇ ਆ, ਤੇ ਹੁਣ ਸਿੱਧਾ ਹੀ ਚੱਲਦੇ ਹਾਂ। ਗੱਡੀ ਭਜਾਈ ਲਈ ਥੋੜੀ, ਬਾਕੀ ਜੀ ਹੁਣ ਆਪਾਂ ਚੱਲਦੇ ਆ ਤੇਲ ਪਵਾ ਲਈ, ਤੇ ਪੈਟਰੋਲ ਪੰਪ ਤੇ ਪਹੁੰਚ ਚੁੱਕੇ ਆ ਅਸੀਂ, ਤੇ ਪੈਟਰੋਲ ਪਵਾ ਕੇ ਚੱਲਦੇ ਆ। ਜ਼ਿਆਦਾ ਤਾਂ ਨਹੀਂ ਪਵਾਉਣਾ, ਪਵਾਉਣ ਜ਼ਿਆਦਾ ਤੇਲ ਨਹੀਂ ਪਾਉਣਾ ਕਿ ਪੈਸੇ ਆਪਣੇ ਕੋਲ ਇੰਨੇ ਹੈ ਨਹੀਂ ਗੇ, ਯੂਟਿਊਬ ਤੋਂ ਲੈ ਕਮਾਈ ਆਉਣ ਨਹੀਂ ਲੱਗੀ ਹੈਗੀ। ਬਾਕੀ ਕਿਹੜਾ ਬਾਈਕ ਲੈਣਾ ਤੁਹਾਨੂੰ ਦਿਖਾਉਂਦੇ ਆ। ਬਾਈਕ ਦੀ ਰਾਈਡ ਕਰਨ ਦਾ ਸਵਾਦ ਹੀ ਵੱਖਰਾ ਆਊਗਾ, ਉਹ ਤੁਹਾਨੂੰ ਹੁਣ ਮੈਂ ਖੁਸ਼ੀ ਵਾਲੀ ਆ ਮੇਰੇ ਅੰਦਰ। ਬਾਕੀ ਪੈਸੇ ਪੂਏ ਦੇ ਦਈਏ, ਕਹਿੰਦੇ ਪੈਸੇ ਤਾਂ ਕਰਦਾ ਵੀ। ਅੱਜ ਤਾਂ ਦੇਖੋ ਇਹ ਤਾਂ ਰੱਬ ਵੀ ਰੋਣ ਲੱਗ ਗਿਆ ਵੀ ਇਹ ਕਿਹੜੇ ਬਾਈਕ ਲੈਣ ਲੱਗ ਗਏ। ਤੇਲ ਆਪਣਾ ਹੋ ਗਿਆ, ਮੈਂ ਗੱਡੀ ਚਲਾਉਣ ਲੱਗਿਆ ਜੀ, ਤੇਲ ਹਲੇ ਪਿਆ ਨਹੀਂ ਹੈਗਾ, ਲੇਕਿਨ ਪੈਂਦਾ ਪਿਆ। ਦੇਖੋ ਜੀ ਇੱਕ ਤਾਂ ਜਾਣ ਦੀ ਖੁਸ਼ੀ ਇੰਨੀ ਆ, ਮੈਨੂੰ ਕਾਹਲੀ ਇੰਨੀ ਆ ਵੀ ਮੈਂ ਜਲਦੀ ਜਲਦੀ ਪਹੁੰਚ ਜਾਵਾਂ। ਬਾਕੀ ਆ ਟ੍ਰੈਫਿਕ ਨੇ ਮੈਨੂੰ ਇੰਨਾ ਦੁਖੀ ਕਰ ਲਿਆ ਨਾ, ਸੱਚੀ ਪੂਰੀ ਖਿੱਚ ਚੜ੍ਹਦੀ ਆ, ਬਹੁਤ ਜ਼ਿਆਦਾ ਖਿੱਚ ਚੜ੍ਹਦੀ ਪਈ ਆ। ਬਾਕੀ ਕੋਈ ਨਾ, ਜਾਣਾ ਤਾਂ ਹੈਗਾ ਹੀ ਆ, ਪਹੁੰਚਣਾ ਤਾਂ ਹੈਗਾ ਹੀ ਆ। ਹਾਂਜੀ ਸਰ, ਉਹ ਜਨਾਬ ਕੋਈ ਗੱਲ ਨਹੀਂ, ਆਪਾਂ ਸਲੋ ਚੱਲਾਂਗੇ, ਕੋਈ ਕਾਹਲੀ ਨਹੀਂ ਹੈਗੀ ਆਪਾਂ, ਕਿਉਂਕਿ ਯਾਰ ਬਾਰਿਸ਼ ਹੋ ਰਹੀ ਆ ਯਾਰ, ਇਹਦੇ ਕਰਕੇ ਨਾ ਹੌਲੀ ਹੌਲੀ ਵੀ ਮੈਂ ਕਹਿ ਰਿਹਾ ਜਾਣ ਤੇ ਕਾਹਲੀ ਕੋਈ ਕਰਨੀ ਨਹੀਂ ਹੈਗੀ। ਮੌਸਮ ਬੜਾ ਸੁਹਾਣਾ, ਰਾਈਡ ਕਰਨੀ ਸੀ, ਮੈਂ ਤਾਂ ਬਾਈਕ ਲੈ ਕੇ ਆਉਣ ਲੱਗੇ, ਪਰ ਇਹ ਮੀਂਹ ਦੇ ਵਿੱਚ ਭਿੱਜ ਜਾਣਾ ਸੀ, ਕੀ ਫਾਇਦਾ। ਤਾਂ ਚਲੋ ਮਿਲਦੇ ਆ ਅੱਗੇ ਰਸਤੇ ਦੇ ਵਿੱਚ। ਲੋ ਜੀ ਪਹਿਲਾਂ ਮੇਰਾ ਵਿੱਚ ਜਿਹੜਾ ਡਿਸੀਜਨ ਬਣਦਾ ਸੀਗਾ ਅਸੀਂ ਬਾਈਕ 'ਤੇ ਹੀ ਆਈਏ, ਲੇਕਿਨ ਸਾਡਾ ਡਿਸੀਜਨ ਸਹੀ ਰਹਿ ਗਿਆ, ਬਾਰਿਸ਼ ਪੈ ਰਹੀ ਆ ਅਤੇ ਬਾਕੀ ਆਲਮੋਸਟ ਪਹੁੰਚ ਚੁੱਕੇ ਹਾਂ। ਕਿਵੇਂ ਦਾ ਫੀਲ ਹੋ ਰਿਹਾ ਭਰਾ? ਬਾਈ ਫੀਲ ਤਾਂ ਬਹੁਤ ਵਧੀਆ ਹੋ ਰਿਹਾ, ਬਾਰਿਸ਼ ਬਾਰਿਸ਼ ਹੋਈ ਪਈ ਆ, ਗਿੱਲਾ ਗਿੱਲਾ ਹੋਇਆ ਪਿਆ। ਹੋਰ ਕੀ, ਅੰਦਰੋਂ ਅੰਦਰੋਂ ਦਿਲ ਤੱਕ ਤੱਕ ਕਰਦਾ ਪਿਆ ਵਾ, ਕਿਉਂਕਿ ਫਿਰ ਜਿਹੜੀ ਚੀਜ਼ ਮੈਨੂੰ ਮੋਸਟਲੀ ਸੁਪਨੇ ਬਾਈਕਾਂ ਬੂਕਾਂ ਦੇ ਆਉਂਦੇ ਆ ਜਾਂ ਸੁਪਰਕਾਰਾਂ ਦੇ ਆਉਂਦੇ, ਸੁਪਰਕਾਰ ਤਾਂ ਆਪਣੇ ਹਲੇ ਬਜਟ ਦੇ ਬਿਲਕੁਲ ਹੀ ਬਾਹਰ ਆ, ਬਾਈਕ ਬੂਕ ਤਾਂ ਫਿਰ ਵੀ ਥੋੜ੍ਹਾ ਬਜਟ ਦੇ ਵਿੱਚ ਆਜੂਗਾ ਕਦੇ ਨਾ ਕਦੇ, ਹਲੇ ਫਿਰ ਉਹ ਵੀ ਨਹੀਂ ਆ ਰਿਹਾ। ਕੀ ਚੱਲਦੇ ਆ, ਪਹੁੰਚ ਗਏ ਆਲਮੋਸਟ, ਪਹੁੰਚ ਹੀ ਗਿਆ। ਬਾਈਕ ਦੀ ਪਹਿਲੀ ਨਜ਼ਰ ਦੇਖਣ ਨੂੰ ਸਾਲਾ ਰੂਹ ਹੀ ਖੁਸ਼ ਹੋ ਜਾਂਦੀ ਆ ਦੇਖ ਕੇ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਏਜੰਸੀ 'ਚ, ਅਤੇ ਉਹ ਦੇਖੋ ਵਲੌਗਰ ਸਾਹਿਬ ਅਤੇ ਆਪਣੇ ਬੰਦੇ ਆਲਮੋਸਟ ਸਾਰੇ ਪਹੁੰਚ ਚੁੱਕੇ ਆ, ਕੋਈ ਕੋਈ ਰਹਿ ਗਿਆ ਹੁਣ, ਬਾਕੀ ਚੱਲਦੇ ਹਾਂ ਅੰਦਰ ਗੱਡੀ ਆਪਣੀ। ਹਾਂਜੀ ਸਰ, ਚਲੋ ਬਈ ਚਲੋ ਜਲਦੀ। ਅੱਜ ਫਿਰ ਕੌਣ ਲੈ ਰਿਹਾ ਡਿਲੀਵਰੀ ਇਹ ਦੱਸ ਪਹਿਲਾਂ। ਉਹ ਆਪਣਾ ਬੰਦਾ ਹੈਗਾ ਇੱਕ ਘੈਂਟ ਜਿਹਾ। ਕੌਣ? ਨਾਮ ਨੂੰ ਨਹੀਂ ਹੈਗਾ, ਬੰਦਾ ਪਤਾ ਹੀ ਦਿਖਾਉਂਦੇ ਆ। ਚਲੋ ਬੰਦਾ ਹੀ ਦਿਖਾਉਣੇ ਆ ਤੇ ਬਾਈਕ ਵੀ ਦਿਖਾਉਣੇ ਆ ਨਾ, ਦਿਖਾਉਣੇ ਆ। ਚੱਲ ਠੀਕ ਆ, ਲੋ ਜੀ ਫਾਈਨਲੀ ਅਸੀਂ ਏਜੰਸੀ ਦੇ ਵਿੱਚ ਆ ਗਏ ਆ, ਤੇ ਆ ਹੈਗਾ ਗੁਰਪ੍ਰੀਤ ਵੀਰਾ ਸਾਡੇ ਗਰੁੱਪ ਦਾ ਐਡਮਿਨ। ਕੀ ਹਾਲ ਆ ਵੀਰੇ? ਅੱਜ ਵੀਰੇ ਦਾ ਬਰਥਡੇ, ਹੈਪੀ ਬਰਥਡੇ ਵੀਰੇ। ਅੱਜ ਫਿਰ ਪਾਰਟੀ ਪੁਲਟੀ ਪੂਰੀ, ਪੂਰਾ ਮਾਹੌਲ ਬਣਿਆ ਹੋਇਆ, ਬਹੁਤ ਬੰਦੇ ਆਏ ਆ। ਮੈਂ ਇਸ ਗਰੁੱਪ 'ਚ ਵੈਸੇ ਨਵਾਂ ਵਾਂ, ਲੋ ਸਾਰੇ ਬੰਦੇ। ਅੱਜ ਵੈਸੇ ਅੱਜ ਬਲੌਗਰ ਆਏ ਫਿਰਦੇ ਜਿਵੇਂ ਮੰਡੀਆਂ 'ਚ ਫਿਰਦੇ ਹੁੰਦੇ ਆ। ਅਰੇ ਬਲੌਗ ਆਹੀ ਬਲੌਗਰ ਹੈ ਆ ਵੀਰਾ, ਹੁਸ਼ਿਆਰਪੁਰ ਤੋਂ ਆਇਆ ਸਪੈਲ, ਤੇ ਬਾਈ ਦੀ ਬਾਈ ਤਰੀਆ ਜੈਕਟ ਬੜੀ ਵਧੀਆ ਯਾਰ, ਪੂਰੇ ਸੂਟ ਇਹ ਤਾਰਨੇ ਪੈਣਾ ਕਿਸ ਦਿਨ, ਮੈਂ ਫਿੱਟ ਨਹੀਂ ਆਉਣਾ, ਨਹੀਂ ਤਾਂ ਮੈਂ ਤਾਰ ਲੈਂਦਾ, ਫਿੱਟ ਨਹੀਂ ਆਉਣਾ ਬਸ। ਬਈ ਬਾਈਕਰ ਤਾਂ ਤੁਸੀਂ ਬਹੁਤ ਸਾਰੇ ਦੇਖੇ ਹੋਣੇ ਆ, ਤੁਸੀਂ ਆਹ ਦੇਖੋ ਪੂਰਾ ਗਰੁੱਪ। ਬਾਕੀ ਆ ਬਾਈਕ ਪੂਰਾ ਰੈਡੀ ਆ, ਆ ਵੀ ਰੈਡੀ।
आओ चल पे अपने मुंह तो चला रहा चले गए अद्धे आए नहीं है बारिश की वजह करके बारिश हो रही थी बल्ला बाइक देख लो वो कंपनी वाले कहते सानू तो फिर मेल्ट कर लो अपनी पूरी तो ये अपने ज्यादा कर दे ਬਈ ਬਾਈਕ ਦੀ ਡਿਲੀਵਰੀ ਹੋ ਗਈ ਹੁਣ ਆ ਗਈ ਹੈ ਬਾਰੀ ਕੇਕ ਕੱਟਣ ਦੀ ਲਓ ਜੀ ਕਰਾ ਲਓ ਇਹ ਮੇਰੇ ਵਾਲਾ ਬਾਈਕ ਇੱਕ ਮਿੰਟ ਥੱਲੇ ਚੱਕ ਇਹਨਾਂ ਵਾਲੀ ਬਾਈਕ ਦੇਖੋ ਕਿੰਨੀ ਪਿਆਰੀ ਲੱਗਦੀ ਪਈ ਆ ਲੋਈ ਹੁਣ ਬਾਰੀ ਕੇਕ ਕੱਟਣ ਦੀ चलो मेरे तेरा धक्का बहुत है भाई भाई इधर इधर दैट्स सोने बड़े लगदे पे हो यार कोई मेकअप तो नहीं होया असली ओए पोर्ट्रेट खींच दे एक फोटो मार ਤੰਗ ਕਰੀ ਜਾਂਦੇ ਮੁੰਡੇ ਨੂੰ ਤੁਸੀਂ ਚਲ ਆ ਤੂੰ ਮੇਰੇ ਨਾਲ ਸਾਈਡ ਤੇ ਆ ਯਾਰ ਜੇ ਕੀ ਕਰਾਂ ਤਾਂ ਰਾਤਾ ਹੁਣ ਕਹਿੰਦੇ ਸਾਈਡ ਤੇ ਆ ਸਾਈਡ ਤੇ ਥੋੜਾ ਹੋਰ ਲੱਗ ਗਿਆ ਲੋਈ ਕੇਕ ਕੱਟਿਆ ਗਿਆ ਤੇ ਡਿਲੀਵਰੀ ਵੀ ਹੋ ਗਈ ਹੁਣ ਕੀ ਕਰਨਾ ਭਾਈ ਹੁਣ ਕੇਕ ਖਾ ਕੇ ਤੇ ਸਾਈਡ ਵਿੱਚ ਖਾ ਕੇ ਤੇ ਕੋਕ ਵੀ ਹੁਣ ਹੁਣ ਖਾਣ ਦੀ ਵਾਰੀ ਹੁਣ ਖਾਣ ਦੀ ਵਾਰੀ ਰੈਸਟਮੈਂਟ ਚੱਕ ਲੋ ਯਾਰ ਆ ਗਿਆ ਭਾਈ ਫਾਈਨਲੀ ਬਾਈਕ ਦੀ ਡਿਲੀਵਰੀ ਹੋ ਚੁੱਕੀ ਆ ਤੇ ਭਾਈ ਹੁਣੀ ਜਾਣ ਦੀ ਤਿਆਰ ਆ ठीक है वीरे मुबारक बहुत बहुत ड्रीम पूरा होया वीरे मेरी मेरी रिक्वेस्ट है तुसी एडमिन साहब हो शाम दी राइड करया करो थोड़ा जिहा नहीं नहीं वो तो मैं पक्का वा शाम नूं थोड़े करया करो सवेर नूं असीं बिजी होई दा अगली राइड ते भाजी नूं आपां हिमालयन चलाणी नहीं देणी आपां चलाणी है वीरे फर्स्ट एक्सपीरियंस किवें दा लग रहा नजारा आ रहा
ਰਾਜੇ ਢਾਬੇ ਤੇ ਪਰ ਪਾਰਟੀ ਐ ਤਕੀ ਪਾਰਟੀ ਪੂਰੀ ਸ਼ਾਮ ਨੂੰ ਠੀਕ ਹੈ ਓਕੇ ਜੀ ਓਕੇ ਹੈਵ ਏ ਸੇਫ ਜਰਨੀ।